संगरूर तो संसद मैंबर ते श्रोमणी अकाली दल अमृतसर दे प्रधान सिमरनजीत सिंह मान ने मुख चोन कमिश्नर गुरुद्वारा चोन जस्टिस SS सारों नू आने वाली श्रोमणी कमेटी चोणां लई वोटर सूचियां बनाउण दी आखरी मिति वधाउण दी बेनती कीती है। मान ने चंडीगढ़ विच मीडिया नू संबोधन करदिआं कहा है कि उन्होंने संबंधी पत्र भी लिखिआ। इस दे नाल ही सिखां दे हो रहे कतल संबंधी डूंगी चिंता जाहिर कीती गई है। उत्थे ही पंजाब दे मुख्यमंत्री भगवंत मान दे वल्लों 1 नवंबर नू बुलाई गई डिबेट ते भी सिमरनजीत सिंह मान बोलते नजर आए। सानू बहुत मुश्किलात आ रही है कि सारिया सिख संस्थावां डरिया हुई हैं कि असी जिहड़ा कैनेडा दे विच सिखां नू मारिया गया है हरदीप सिंह निज्जर नू फिर सुखदूल सिंह ਨੂੰ ਫਿਰ ਮਲਿਕ ਨੂੰ ਇਹ ਸਾਰਾ ਇੰਡੀਆ ਨੇ ਕਰਾਇਆ ਅਤੇ ਟਰੂਡੋ ਸਾਹਿਬ ਨੇ ਠੀਕ ਗੱਲ ਕੀਤੀ ਹੈ। ਦੂਸਰੀ ਗੱਲ ਹੈ UK ਦੇ ਵਿੱਚ ਸਾਡੇ ਸਿੱਖ ਨੂੰ ਉੱਥੇ ਵੀ ਅਵਤਾਰ ਸਿੰਘ ਖੰਡੇ ਨੂੰ ਜਾਨੋ ਮਾਰ ਦਿੱਤਾ ਜਿਹਦੇ ਲਈ ਬਰਤਾਨੀਆ ਦੀ ਸਰਕਾਰ ਨੇ ਇਨਕੁਆਇਰੀ ਸ਼ੁਰੂ ਕੀਤੀ ਹੈ ਅਤੇ ਕੋਰਨਰ ਤੋਂ ਰਿਪੋਰਟ ਮੰਗੀ ਹੈ। ਕੋਰਨਰ ਹੁੰਦਾ ਜਿਹੜਾ ਸਾਇੰਟੀਫਿਕਲੀ ਦੇਖਦਾ ਕਿ ਵਾਕਈ ਅਵਤਾਰ ਸਿੰਘ ਦੀ ਨੈਚੁਰਲ ਮੌਤ ਹੋਈ ਹੈ ਜਾਂ ਇਹਦੀ ਕਰਾਈ ਗਈ ਹੈ। ਹੁਣ ਉਹਦਾ ਪੋਸਟਮਾਰਟਮ ਤਾਂ ਹੋਇਆ ਨਹੀਂ ਸੀਗਾ, ਜਿਹਦਾ ਮਤਲਬ ਹੈ ਉੱਥੋਂ ਪਤਾ ਨਹੀਂ ਲੱਗ ਸਕਦਾ, ਪਰ ਉਹਦਾ ਬਲੱਡ ਤਾਂ ਹੈਗਾ ਸਰਕਾਰ ਦੇ ਕੋਲ ਅਤੇ ਉਹਦੇ ਤੋਂ ਪਤਾ ਲੱਗ ਜੂਗਾ ਜੇ ਇਸ ਦੀ ਮੌਤ ਪਲੋਨੀਅਮ ਜਿਹੜਾ ਯੂਰੇਨੀਅਮ ਤੋਂ ਐਕਸਟ੍ਰੈਕਟ ਹੁੰਦਾ ਉਹਦੇ ਨਾਲ ਕੀਤੀ ਗਈ ਹੈ। ਪਲੋਨੀਅਮ ਸਿਰਫ ਰੂਸ ਦੇ ਕੋਲ ਹੈ ਅਤੇ ਰੂਸ ਨੇ ਪਹਿਲਾਂ ਇੱਕ ਆਪਣਾ ਜਸੂਸ ਲੈਫਟੀਨੈਂਟ ਕਰਨਲ ਜਿਹੜਾ ਇੰਗਲੈਂਡ ਨੂੰ ਡਿਫੈਕਟ ਕਰ ਗਿਆ ਸੀਗਾ ਉਹਨੂੰ ਦਿੱਤਾ ਸੀ ਪਲੀਨੀਅਮ ਦੇ ਨਾਲ ਅਤੇ ਉਹ ਮਰ ਗਿਆ ਸੀਗਾ। ਅਤੇ ਇੰਡੀਆ ਅਤੇ ਰੂਸ ਦੀ ਬਹੁਤ ਭਾਰੀ ਗੱਠਜੋੜ ਹੈ ਅਤੇ ਸਾਨੂੰ ਪੂਰਾ ਸ਼ੱਕ ਹੈ ਕਿ ਰੂਸ ਤੋਂ ਪਲੀਨੀਅਮ ਵੀ ਇੰਡੀਆ ਨੇ ਲਿਆ ਸਾਡੇ ਸਿੱਖਾਂ ਦਾ ਨੁਕਸਾਨ ਕਰਨ ਦੇ ਲਈ। ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ, ਫਿਰ ਜੇ ਸੱਦਿਆ ਤਾਂ ਅਸੀਂ ਜ਼ਰੂਰ ਜਾਵਾਂਗੇ, ਨਹੀਂ ਜੀ ਸਾਡੀ ਇੱਜ਼ਤ ਹੈ, ਜੇ ਸਾਨੂੰ ਦੇਖਤੀ ਆਊਗਾ ਤਾਂ ਜਾਵਾਂਗੇ, ਐਵੇਂ ਅਸੀਂ ਲੱਲੂ ਪੰਜੂ ਤਾਂ ਹੈ ਨਹੀਂ ਗੇ ਕਿ ਇਹ ਐਂ ਭੱਜੇ ਫਿਰੀਏ ਅਤੇ ਉੱਥੇ ਦਰਵਾਜ਼ੇ ਬੰਦ ਕਰ ਦੇਣੇ।